विंडो शॉपिंग करनी है दोबारा कर नहीं हुण तां ही पऊ नहीं यार प्लीज नहीं आ नहीं करना ਸਸਕਾਲ ਜੀ ਮੈਮਰੀ ਡੰਪ ਦੇਸੀ ਵਲੌਗ ਤੁਹਾਡਾ ਸਵਾਗਤ ਹੈ ਮੈਂ ਚੱਲਿਆ ਮੋਹਾਲੀ ਹੁਣੇ ਮੈਂ ਆਪਣੀ ਗੱਡੀ 'ਚ ਪਹਿਲਾਂ ਤਾਂ ਹਵਾ ਭਰੀ ਕਿਉਂਕਿ ਪਾਪਾ ਨੇ ਵੀ ਲੈ ਕੇ ਜਾਣੀ ਸੀ ਚੈਨਲ ਵੱਲ ਟਾਈਮ ਟੀ ਵੀ ਵੱਲ ਅਤੇ ਉਹਨਾਂ ਨੇ ਜਾ ਕੇ ਆਉਣਾ ਸੀਗਾ ਮੈਂ ਸੋਚਿਆ ਚਲੋ ਗੱਡੀ ਇੱਕ ਵਾਰ ਦੇਖ ਲਈਏ ਹਵਾ ਘੱਟ ਸੀ ਮੈਂ ਹਵਾ ਭਰੀ ਹੁਣ ਮੈਂ ਚੱਲਿਆ ਮੋਹਾਲੀ ਕਮਰ ਉੱਥੇ ਹੀ ਹੈ ਕਮਰ ਨੂੰ ਮਿਲਦੇ ਹਾਂ ਫਿਰ ਹਰਮੀਤ ਨੇ ਜਾਣਾ ਸੀਗਾ ਫੋਰਚੂਨਰ ਆਪਣੀ ਰਿਸ਼ਤੇਦਾਰਾਂ ਨੂੰ ਵਾਪਸ ਕਰਨ ਹਰਮੀਤ ਉੱਥੇ ਉਹ ਵੀ ਸਿੱਧਾ ਪਹੁੰਚ ਰਿਹਾ ਅਤੇ ਵਾਪਸੀ ਵੇਲੇ ਦੇਖਦੇ ਹਾਂ ਜੇ ਕਿਤੇ ਰੁਕੇ मैं ते हरमीत नहीं तो अज शाम नू रमनीक का विआह हो गया तो अज रिसैप्शन पार्टी है उसकी फिर शाम नू छेती आके रिसैप्शन पार्टी ते जा लो जी मैं तो पहुँच गया हूँ सिल्विया पार्क कप एंड किताब आ मेरे पिछे है सिल्विया पार्क तो हूँ आप कमर की वेट कर रहे हैं पानी की बोतल मैं गड्डी चलाते चलाते पता नहीं चज नाल बंद नहीं की पानी सारा डुब गया जैकेट हूँ होर तो नहीं कि डुलिया जैकेट ही सोख गई सारा पानी चवी मेरे सामने लंघ गई फोन चक नहीं रही पता इन कुछ है नहीं कि फोन इन्होंने चक्या नहीं क्योंकि ड्राइवर यदा गूगल वह देख रहा कि मैप तो हूँ इन पता नहीं कितने ला गया हूँ मैं लभ रहा इनू तुर के आ रही है कितने व्लॉग लिए जरूर कंटेंट मिल गया पर मैं गुस्सा बहुत चढ़िया पर पता नहीं क्यों अज वाइब जी नहीं आई तो मैं कमर नू कहा चल यार किते होर चलदे आं बहुत हो गया कप्पन किताब तेनू दिखाता अंदरों किवें दा सो हुण असीं उत्थों निकल के चले आं जी सैक्टर 17 ਉਰੋਂ 20 ਮਿੰਟ ਲੱਗਣਗੇ ਇੱਥੋਂ ਆਪਾਂ ਲੈਫਟ ਹੋਣਾ ਉਰੋਂ 20 ਮਿੰਟ ਲੱਗਣਗੇ ਅਤੇ ਉੱਥੇ ਸੈਕਟਰ 17 ਵਿੱਚ ਅੱਛਾ ਚਲੋ ਮੈਂ ਤੁਹਾਨੂੰ ਦੱਸਦਾ ਮੈਨੂੰ ਹੁਣੇ ਗਾਣਾ ਪੈ ਕੇ ਹਟਿਆ ਨਹੀਂ ਮੇਰੀ ਇੱਕ ਦੋਸਤ ਹੈ ਤਰੁਣ ਜੋਤ ਧਾਲੀਵਾਲ ਅੱਧੀਆਂ ਜਗ੍ਹਾ ਮੈਨੂੰ ਉਹੀ ਦੱਸਦੀ ਆ ਜਿਵੇਂ CBTL ਮੈਨੂੰ ਉਹਨੇ ਦੱਸਿਆ ਸੀਗਾ ਤਾਂ ਉਹ ਮੈਨੂੰ ਹੁਣ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਯਾਰ ਦੱਸ ਦੇ ਮਾੜਾ ਜਿਹਾ ਉਹਨੇ ਮੈਨੂੰ 10 ਮਿੰਟ ਜਮੀ ਨਹੀਂ ਦੱਸਿਆ ਕਿਉਂਕਿ ਉਹ ਕਹਿੰਦੇ ਵੀ ਤੁਸੀਂ ਮੇਰਾ ਨਾਮ ਨਹੀਂ ਲੈਂਦੇ ਵਲੌਗ 'ਚ ਸੋ ਸ਼ਾਊਟ ਆਊਟ ਟੂ ਤਰੁਣ ਜੋਤ ਧਾਲੀਵਾਲ ਅਤੇ ਹੁਣ ਅਸੀਂ ਉਹਦੀ ਦੱਸੀ ਇੱਕ ਹੋਰ ਜਗ੍ਹਾ 'ਤੇ ਚੱਲੇ ਹਾਂ मैं नाम भुल गया सैक्टर 17 च है थोड़ा जाके दिखाना लो जी अं 17 पहुँच गए गड्डी असी थोड़ी जी दूर लाई है क्योंकि होर कि पार्किंग मिलनी नहीं सी कमर नू लग नहीं रही है 17 मैं क्या 2 मिनट वेट कर तेन अपी जी 17 की पछाण है वह वाली 17 पहुँचा है ना कमर 17 बदल पहुँच गए जी हूँ लग रहा 17 हाँ लग रहा पहुँच गए असी तो कुड़ी का रेहड़ियाँ तो खाने का जी कर रहा कनेडियन का तो मैं इनू खान नहीं दे रहा जो मैं छोटा हुंदा सी ना घर दे मैनू 17 की मार्केट लैके आते होंगे सी मैं उरों जाके सॉफ्टी लैंदा हुंदा सी सॉफ्टी बरो ठंड पता किन्नी है बट मैं बाहर ना कुछ खाना गंदा बंदा मैं डेम चला के मार चल दे हां सर कि आप वैसे उत्थे चले सी के जे याद है उधर आओ दूजी सामने इंडियन कॉफी आओ क्या क्राउन ਸੋ ਅਸੀਂ ਬਾਹਰ ਨਿਕਲਿਆ ਏ ਤਰੁਣ ਯਾਰ ਸੱਚੀ ਬਹੁਤ ਵਧੀਆ ਸੀਗਾ ਕਮਰ ਕਿਵੇਂ ਲੱਗਿਆ ਤੈਨੂੰ ਬਹੁਤ ਵਧੀਆ ਸੀਗਾ ਆ ਫਿਸ਼ ਖਾਦੀ ਅਸੀਂ ਤੇ ਹੇਜ਼ਲਨਟ ਚਿਪਸ ਐਂਡ ਹੇਜ਼ਲਨਟ ਲਾਤੇ ਬਹੁਤ ਟੇਸਟੀ ਸੀ ਐਂਡ ਆਈਸ ਟੀ ਲਾਤੇ ਪੀਸ ਹੁਣ ਅਸੀਂ ਚੱਲੇ ਆ ਸ਼ਾਪਿੰਗ ਕਰਨ ਕਿਉਂਕਿ ਹਰਮੀਤ ਹਜੇ ਫਤਿਹਗੜ੍ਹ ਸਾਹਿਬ ਤੋਂ ਨਿਕਲਿਆ ਜਦ ਕਿ ਉਹਨੇ ਪਹੁੰਚ ਜਾਣਾ ਸੀ ਹੁਣ ਨੂੰ ਤੇ ਹੁਣ ਉਹਦੀ ਉਹਦੇ ਚੱਕਰਾਂ 'ਚ ਲੇਟ ਹੋਵਾਂਗੇ ਜੇ ਹੋਏ ਕਮਰ ਕੀ ਕਰਨਾ ਤੂੰ ਮੈਂ ਬ੍ਰਾਊਜ਼ਿੰਗ ਕਰਨੀ ਹੈ ਵਿੰਡੋ ਸ਼ਾਪਿੰਗ ਕਹਿੰਦੇ ਨੇ ਉਹਨੂੰ ਬ੍ਰਾਊਜ਼ਿੰਗ ਨਹੀਂ ਕਹਿੰਦੇ ਹੁਣ विंडो शॉपिंग कर ली लिया कुछ है नहीं असी पता सी नहीं लेना लो
ਜੀ ਹਰਮੀਤ ਸਿੰਘ ਨੂੰ ਅਸੀਂ ਪਿਕ ਅਪ ਕਰ ਲਿਆ ਤੇ ਹਰਮੀਤ ਹੋ ਗਿਆ ਲੇਟ। ਹਰਮੀਤ ਲੇਟ ਕੇ ਹੋ ਗਿਆ ਇਹ ਦੱਸ ਪਹਿਲਾਂ ਤੋਂ। ਬਸ ਐਂ ਗੱਡੀ ਧੁਆਉਣ ਲੱਗ ਗਿਆ ਜੀ, ਉੱਥੇ ਟਾਈਮ ਵੀ ਬੜਾ ਲੱਗ ਗਿਆ। ਬਜਾਰੇ ਰੀਜਨ ਵਾਲੀ ਬੜੀ ਧੁੰਦੇ ਆ। ਚੱਲ ਵਧੀਆ, ਕਿੱਥੋਂ ਧਵਾਈ ਕਿੱਥੋਂ? ਮੈਂ ਇੱਥੇ ਸਰਹੰਦ ਰੋਡ ਦਾ ਹੀ ਆ, ਤੈਨੂੰ ਦਿਖਾਵਾਂਗਾ। ਵਧੀਆ ਆ ਉਹ। ਮੈਨੂੰ ਉਮੀਦ ਨਹੀਂ ਸੀ ਭਾਈ ਮੈਨੂੰ ਪਛਾਣੇਗਾ। ਅੱਛਾ ਪਹਿਲਾਂ ਵੀ ਉਹਦੇ ਕੋਲ ਜਾਂਦੇ ਸੀ ਤੂੰ? ਹਾਂ ਹਾਂ, ਪਹਿਲਾਂ ਲਾਂਡਰਾ ਵੜਦੇ ਸੀ ਤੂੰ ਜਾਂਦੇ ਸੀਗੇ। ਅੱਛਾ, 12 ਸਾਲ ਪੁਰਾਣਾ ਉਹ ਉੱਥੇ ਵਾਸ਼ ਬਾਰ ਵਾਸ਼ ਵਾਲਾ। ਓਕੇ ਓਕੇ, ਫਟਨ ਨੇ ਪਛਾਣ ਲਿਆ। ਚਲੋ ਸਹੀ ਹੈ ਸਹੀ ਹੈ, ਪਰ ਮੈਂ ਤੂੰ ਮੁੰਡਾ ਨਹੀਂ ਪਛਾਣਿਆ ਗਿਆ। ਮੁੰਡੇ ਨੇ ਆਪ ਬਾਲ ਰੱਖ ਲਏ, ਪੱਗ ਪੁੱਗ ਉਹਨਾਂ ਲੱਗ ਗਿਆ ਪਹਿਲਾਂ ਉਹ ਬਾਲ ਰੱਖਣਾ ਸੀ। ਜਾਮ ਚ ਫਸੇ ਹੋਏ ਆ, ਮੈਂ ਸੋਚਿਆ ਹੁਣ ਹੋਰ ਕੀ ਕਰੀਏ ਤਾਂ ਗੱਲਾਂ ਹੀ ਮਾਰ ਲੈਂਦੇ ਆ। ਹਰਮੀਤ ਕਿਵੇਂ ਰਹੇ ਫਿਰ? ਕਿੰਨੇ ਦਿਨ? 5 ਦਿਨ ਤੋਂ ਮੁਕਸਰ ਸੀ ਤੂੰ? ਉਧਰ ਬਠਿੰਡੇ ਮਲੋਟ ਵੱਲ ਮੁਕਸਰ ਵੀ, ਮਤਲਬ ਵਿਆਹ ਉੱਥੇ ਨੇੜੇ ਤੇੜੇ ਸੀਗੇ ਸਾਰੇ ਉਸੀ ਸਾਈਡਾਂ ਤੇ। ਤੇ ਕਿੰਨੇ ਸਿੰਗਰ ਦੇਖ ਲਏ? 3 ਸਿੰਗਰ ਦੇਖ ਲਏ ਹੁਣ ਤਾਂ। ਸੁਰਜੀਤ ਖਾਨ, ਕੁਲਵਿੰਦਰ ਬਿੱਲਾ ਤੇ ਜਸ ਬਾਜਵਾ। ਜਸ ਬਾਜਵਾ ਤਾਂ ਮੈਂ ਐਕਸਪੀਰੀਅੰਸ ਲਾਇਆ, ਸਿੰਗਰਾਂ ਨਾਲੋਂ ਡੀਜੇ ਵਧੀਆ ਹੋਵੇ ਤੇ ਜ਼ਿਆਦਾ ਜ਼ਬਰਦਸਤ ਰਹਿੰਦਾ। ਸਿੰਗਰ ਸਟਾਰਟ ਹੀ 2 ਵਜੇ ਕਰਦੇ ਆ ਤੇ ਮੁੜ ਕੇ ਉਹ 4-5 ਵਜੇ ਤੱਕ ਆਪਦੇ ਜਾਣ ਦਾ ਟਾਈਮ ਕਰ ਲੈਂਦੇ। ਨਾਲੇ ਵਿਚਾਰੇ ਰੋਂਦੇ ਨੇ ਵੀ ਆ ਜਾਓ ਆ ਜਾਓ। ਨਹੀਂ ਉਹਦਾ ਜੇ ਸੈਂਟ ਹੋਵੇ ਮੰਡੀਰ ਫਿਰ ਤਾਂ ਪਹਿਲਾਂ ਹੀ ਚੜ ਜਾਂਦੀ ਹੈ, ਫਿਰ ਉਹਨਾਂ ਨੂੰ ਨਹੀਂ ਉਤਰਨ ਦਿੰਦੀ। ਹਾਂ, ਉਹ ਤਾਂ ਪਹਿਲਾਂ ਹੀ ਬੁਲਾ ਲੈਂਦੇ ਆ ਕਿ ਪਹਿਲਾਂ ਹੀ ਨਾਚਣ ਉੱਚ ਲੈਣ, ਕਿ ਬਾਅਦ 'ਚ ਸੈੱਟ ਹੋ ਕੇ ਨਾ ਕਹਿਣ ਸਾਨੂੰ ਵੀ ਉਤਰਨ ਨਾ ਦੇਣ। ਸਹੀ ਹੈ ਸਹੀ ਗੱਲ। ਇਸ ਕਰਕੇ ਨਹੀਂ, ਪਰ ਡੀਜੇ ਵਾਲਾ ਮੈਨੂੰ ਐਂ ਲੱਗਦਾ ਕਿ ਜ਼ਿਆਦਾ ਵਧੀਆ ਕੰਮ ਹੁੰਦਾ, ਹੁੰਦੇ ਨੇ ਵਧੀਆ ਡੀਜੇ ਲਾਇਆ ਹੋਵੇ। ਮੈਂ ਸੋਚਿਆ ਹਰਮੀਤ ਕਹਿੰਦਾ KFC ਉਹ ਕਰਾ ਲਿਆ, ਮੈਂ ਕਿਹਾ ਹੁਣ ਲੇਟ ਤਾਂ ਹੋ ਹੀ ਗਏ, ਨਾਲੇ ਹਰਮੀਤ ਨੂੰ ਦਿਖਾਈਏ ਪ੍ਰਾਈਮ ਹੱਬ ਕਿਹੋ ਜਿਹਾ ਮਾਹੌਲ। ਨਹੀਂ ਹੈਗਾ ਵੈਸੇ, ਅੱਜ ਆਹ ਝਰਨੇ ਝੁਰਨੇ ਜੇ ਇਹਨਾਂ ਨੇ ਲਾਏ ਹੁੰਦੇ ਨੇ ਉਹ ਤਾਂ ਬੰਦ ਹੀ ਕੀਤੇ ਹੋਏ ਨੇ। ਹਾਂਜੀ ਹਰਮੀਤ ਜੀ, ਮੈਂ ਕਿਹਾ ਮੈਂ ਤਾਂ ਬਕਟ ਦੀ ਐਕਸਪੈਕਟੇਸ਼ਨ ਕਰ ਰਿਹਾ ਸੀ, ਪਰ ਇਹਨਾਂ ਨੇ ਡੱਬੇ ਜੀ ਪਾ ਕੇ ਦੇ ਦਿੱਤੇ। ਖਾਧਾ ਵੈਸੇ ਕਿਵੇਂ ਦਾ? ਥੋੜ੍ਹਾ ਜਿਹਾ ਖਾਧਾ ਪਰ ਸਵਾਦ ਹੈ, ਇੰਡੀਆ ਵਾਲਾ ਚਿਕਨ ਤਾਂ ਇੰਡੀਆ ਵਾਲਾ ਹੀ ਹੈ। ਹੋਰ ਜੀ, ਨਾਲੇ ਹੈ ਬੜਾ ਕੁਛ ਯਾਰ। ਲਓ ਜੀ, ਮੈਂ ਹੋ ਗਿਆ ਤਿਆਰ ਹੁਣ ਰਮਨੀਕ ਦੀ ਰਿਸੈਪਸ਼ਨ 'ਤੇ ਜਾਣ ਲਈ। ਤੁਸੀਂ ਭੁੱਲਿਓ ਨਾ ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਅਤੇ ਉਰੇ ਮੈਂ ਤੁਹਾਡੇ ਤੋਂ ਲੈਣਾ ਅਲਵਿਦਾ। ਜਲਦੀ ਮਿਲਾਂਗੇ ਨਵੇਂ ਵਲੌਗ ਨਾਲ, ਬਹੁਤ ਹੀ ਜਲਦ। ਉਨਾ ਟਾਈਮ ਸਬਸਕ੍ਰਾਈਬ ਕਰਦੇ ਰਹੋ, ਪਿਆਰ ਦਿੰਦੇ ਰਹੋ। ਥੈਂਕ ਯੂ।